ਕੰਮ ਕਰੇ ਤਾਂ ਬਦਮਾਸ਼ੀ ਵੋ ਕਰੇ ਤਾਂ ਲੀਲਾ ਦੇ ਕੇ ਘੜਿਆ ਤੁਸੀਂ ਪਤੀਲੇ ਕਿਉਂ ਉੱਥੇ ਖਲੋ ਜੋ ਨੇੜੇ ਨਾ ਆਇਓ ਜੀ ਜਿਹਦੇ ਤੋਂ ਦੁਨੀਆ ਨੂੰ ਵਿਸ਼ਵ ਗੁਰੂ ਨੇ ਸੁਣਿਆ ਦੇਣਾ ਸੀ ਉਹ ਅਵਲ ਦਰਜੇ ਦਾ ਨਾਕਾਮ ਰਿਹਾ ਕਿਉਂਕਿ ਕਿਤੇ ਗੋਦੀ ਮੀਡੀਆ ਨੇ ਢੋਲ ਨਹੀਂ ਵਜਾਇਆ ਤੇ ਇਹ ਜਿਹੜਾ 9.5 ਥਾਲ ਤੋਂ ਮੂੰਹ ਛੁਪਾ ਕੇ ਬੈਠਾ ਹੋਇਆ ਕਦੀ ਪ੍ਰੈਸ ਨੂੰ ਇਹਨੇ ਫੇਸ ਹੀ ਨਹੀਂ ਕੀਤਾ ਇੰਨੂੰ ਸਮਝੀ ਇੰਨੀ ਇੱਛੇ ਲੱਗ ਰਹੀ ਬੇ ਹੋਣਾ ਜਿਹੜੇ ਮੇਰੇ ਦੋ ਪੁੱਤਰ ਨੇ ਅਡਾਨੀ ਤੇ ਅੰਬਾਨੀ ਉਹਖੇ ਮੇਰਾ ਬਚਾ ਕਰਨਗੇ ਉਹਨਾਂ ਦੇ ਮੋਢਿਆਂ ਤੇ ਧਰ ਕੇ ਚਲਾਈ ਇਹਨੇ ਬੰਦੂਕ G20 ਸੰਮੇਲਨ ਦੇ ਵਿੱਚ ਇਹੋ ਜਿਹੀਆਂ ਕਿਹੜੀਆਂ ਗੱਲਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਕੈਨੇਡਾ ਭਾਰਤ ਦੇ ਵਿੱਚ ਜਿਹੜੇ ਵਿਵਾਦ ਖੜੇ ਹੋਏ ਆ ਉਹਦੇ ਨਾਲ ਜੁੜੀਆਂ ਹੋਈਆਂ ਜੜਾ ਉੱਥੇ ਪਈਆਂ ਇਹ ਤੁਸੀਂ ਉਹਨਾਂ ਦੇ ਉੱਤੇ ਇਦਾਂ ਦੀ ਕਾਰਵਾਈ ਕੀਤੀ ਆ ਆ ਸਬੂਤ ਚੱਕੋ ਹਰ ਸਰਕਾਰ ਦੇ ਅਧਿਕਾਰੀ ਸੰਤੁਸ਼ਟ ਨਹੀਂ ਜਸਟਨ ਟਰੂਡੋ ਦੇ ਬਿਆਨ ਤੋਂ ਕਹਿੰਦੇ ਪੁਖਤਾ ਸਬੂਤ ਸਾਹਮਣੇ ਰੱਖੋ ਫਿਰ ਅਗਲੀ ਗੱਲ ਕਰਾਂਗੇ ਕਹਿੰਦੇ ਸਬੂਤ ਕਿਉਂ ਨਹੀਂ ਪੇਸ਼ ਕਰਦੀ ਕੈਨੇਡਾ ਸਰਕਾਰ ਇਹ ਕਿਉਂ ਨਹੀਂ ਸਬੂਤ ਪੇਸ਼ ਕਰਦੇ ਸਾਡੇ ਜਿਹੜੇ ਇਨਵੋਲਵਮੈਂਟ ਹੈ ਨਹੀਂ ਚਾਰੇ ਨੇ ਇੱਥੋਂ ਵਿਦੇਸ਼ਾਂ ਵਿੱਚ ਉਹ ਤੁਹਾਡੀਆਂ 19 ਕਰੋੜ ਪਕੌੜੇ ਤਲਣ ਤੇ ਵੇਚਣ ਵਾਲੀਆਂ ਨੌਕਰੀਆਂ ਨੂੰ ਉਹਨਾਂ ਨੇ ਲੱਤ ਮਾਰ ਕੇ ਜਾਣਾ ਸ਼ੁਰੂ ਕੀਤਾ ਸਾਬਕਾ ਮੁੱਖ ਮੰਤਰੀ ਜਿਹੜੇ ਰਹੇ ਆ ਕੈਪਟਨ ਮਨਿੰਦਰ ਸਿੰਘ ਉਹ ਤਾਂ ਸਿੱਧਾ ਇਸ਼ਾਰਾ ਕਰ ਚੁੱਕੇ ਆ ਅਖਬਾਰਾਂ ਵਿੱਚ ਸੁਰਖੀਆਂ ਬਣ ਗਈਆਂ ਕਿ 140 ਕਰੋੜ ਲੋਕਾਂ ਨਾਲ ਪੰਗਾ ਨਾ ਲਓ ਉਹਨਾਂ ਨੇ ਤਾਂ ਸਿੱਧਾ ਚੇਤਾਵਨੀ ਦਿੱਤੀ ਆ ਕੈਨੇਡਾ ਸਰਕਾਰ ਨੂੰ ਇਹ ਉਹ ਗਦਾਰ ਹੈ ਜੇ ਨਏ ਮਾੰਦਰ ਥੀਗਾ ਪਹਿਲੇ ਅਕਾਲੀ ਦਾ ਲਈ ਸੀਗਾ ਫੇਰੇ ਕਾਂਗਰਸ ਸੀ ਜਾਵੜਿਆ ਤੇ ਹੁਣ ਬੀਜੇਪੀ ਛਾਲ ਮਾਰ ਕੇ ਜਾਵੜਿਆ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ ਜੇ ਦੇ ਨਾਲ ਕੀਤੀ ਜਾਏ ਇਸ ਗੱਲ ਦੀ ਗੱਲਾਂ-ਗੱਲਾਂ ਵਿੱਚ ਸਹਿਰ ਤੇ ਇਹ ਗੱਲ ਸਾਫ ਉੱਗੜ ਕੇ ਤੰਮੇ ਆਂਦੀ ਏ ਖਟਣ ਗਏ ਖਟਾਊ ਕੀ ਖਟਲੇ ਆਏ ਸ਼ੁਕਰ ਕਰੋ ਫਿਰ ਮੁੰਨੀਆਂ ਉਹ ਜਿਉਂਦੇ ਘਰ ਆਏ ਕੈਨੇਡਾ ਭਾਰਤ ਦੋਨਾਂ ਮੁਲਕਾਂ ਦੇ ਸਬੰਧਾਂ ਦੇ ਉੱਤੇ ਕੂਟਨੀਤਿਕ ਸਬੰਧਾਂ ਦੇ ਉੱਤੇ ਚਰਚਾ ਹੋ ਰਹੀ ਹੈ ਵਿਗੜੀ ਕਿੱਥੋਂ ਹੈ ਖਟਾਸ ਕਿੱਥੇ ਪੈਦਾ ਹੋਈ ਇਹ ਖੱਟਾਪਨ ਕਿਵੇਂ ਆ ਗਿਆ ਦਰਅਸਲ ਜੀ20 ਸੰਮੇਲਨ ਦੇ ਵਿੱਚ ਵੀ ਕੁਝ ਗੱਲਾਂ ਹੋਈਆਂ ਪਰ ਅੱਖੋਂ ਉਹ ਲੇ ਰਹੀਆਂ ਫਿਰ ਜਸਟਿਨ ਟਰੂਡੋ ਦਾ ਆਪਣੀ ਪਾਰਲੀਮੈਂਟ ਦਿੱਤਾ ਹੋਇਆ ਬਿਆਨ ਵਿਵਾਦ ਫੜ ਜਾਂਦਾ ਹੈ ਹਾਲੇ ਤੱਕ ਸਥਿਤੀ ਹੈ ਜਿਹੜੀ ਉਹ ਸੰਭਲਣ 'ਚ ਨਹੀਂ ਆ ਰਹੀ ਇਸ ਉੱਤੇ ਲਗਾਤਾਰ ਚਰਚਾ ਹੋ ਰਹੀ ਹੈ ਅਸੀਂ ਵੀ ਕਰਾਂਗੇ ਮੇਰੇ ਨਾਲ ਇਸ ਵਕਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਜਗਮਉਨ ਸਿੰਘ ਭੱਟੀ ਜੀ ਨੇ ਉਹ ਆਪਣੀ ਵਿਚਾਰ ਚਰਚਾ ਦੇ ਵਿੱਚੋਂ ਕੀ ਵਿਚਾਰ ਰੱਖਦੇ ਨੇ ਉਹ ਅਸੀਂ ਗੱਲਬਾਤ ਕਰਾਂ ਐਡਵੋਕੇਟ ਸਾਹਿਬ ਤੁਸੀਂ ਹਰੇਕ ਮਸਲੇ ਦੇ ਉੱਤੇ ਤਾਂ ਵਿਵਾਕੀ ਨਾਲ ਬੋਲਦੇ ਹੋ ਪਰ ਇਸ ਮਸਲੇ ਨੂੰ ਤੁਸੀਂ ਤਾਂ ਖੁਦ ਵੀ ਕੈਨੇਡਾ ਦੀ ਅਮਰੀਕਾ ਦੀ ਫੇਰੀਆਂ ਲਾਉਂਦੇ ਰਹਿੰਦੇ ਹੋ ਭਾਰਤ ਵਿੱਚ ਬੈਠ ਕੇ ਇਸ ਮੁੱਦੇ ਨੂੰ ਅੱਜ ਕਿਵੇਂ ਵੇਖ ਰਹੇ ਹੋ ਜੀ 20 ਜਿਹਦੇ ਤੋਂ ਦੁਨੀਆ ਨੂੰ ਵਿਸ਼ਵ ਗੁਰੂ ਨੇ ਸੁਣਿਆ ਦੇਣਾ ਸੀ ਉਹ ਉੱਵਲ ਦਰਜੇ ਦਾ ناکਾਮ ਰਿਹਾ ਕਿਉਂਕਿ ਕਿਤੇ ਗੋਦੀ মিডিਏ ਨੇ ਢੋਲ ਨਹੀਂ ਵਜਾਇਆ ਗੋਦੀ মিডিਏ ਨੂੰ ਕਿੱਥੇ ਕਿੱਥੇ ਰੱਖਿਆ ਗਿਆ ਉਹਨਾਂ ਨੂੰ ਕਿਹਾ ਉੱਥੇ ਖਲੋ ਜਾਓ ਨੇੜੇ ਨਾ ਆਇਓ ਜੇ ਕੋਈ ਪੀਸੀ ਹੁੰਦੀ ਦੇਖੀ ਕਿਸੇ ਵਿਦੇਸ਼ ਥੇ ਸਰਪਰਾ ਨਾਲ ਕਹਨੇ ਲੋਗ ਇੰਨੇ ਨਿਤਾਏ ਵੀ ਦੇਚਾਂ ਦੇ ਜਿਹੜੇ ਹੈਡ ਆਏ ਨੇ ਕਿਸੇ ਨਾਲ ਕਿਤੇ ਦੀ ਪੀਸੀ ਹੁੰਦੀ ਦੇਖੀ ਅਧਿਕਾਰਤ ਬਿਆਨ جاری ਹੋਇਆ ਤੇ ਇਹ ਜਿਹੜਾ ਸਾਢੇ 9 ਥਾਲ ਤੋਂ ਮੂੰਹ ਛੁਪਾ ਕੇ ਬੈਠਾ ਹੋਇਆ ਕਦੀ ਪ੍ਰੈਸ ਨੂੰ ਇਹਨੇ ਫੇਸ ਹੀ ਨਹੀਂ ਕੀਤਾ ਇਹਨੂੰ ਸਮਝ ਇਨੀ ਸੀ ਲੱਗ ਰਹੀ ਵੀ ਹੁਣ ਜਿਹੜੇ ਮੇਰੇ ਦੋ ਪੁੱਤਰ ਨੇ ਅਡਾਨੀ ਤੇ ਅੰਬਾਨੀ ਉਹਕੇ ਮੇਰਾ ਬਚਾ ਕਰਨਗੇ ਉਹਨਾਂ ਦੇ ਮੋਢਿਆਂ ਤੇ ਧਰ ਕੇ ਚਲਾਈ ਇਹਨੇ ਬੰਦੂਕ ਦੇਸ਼ ਦੇ 140 ਲੋਕਾਂ ਨਾਲ ਲੈਨੇ ਕੀਤਾ ਖਿਲਵਾੜ ਸਾਡੀ ਸਰਕਾਰ ਨੇ ਕਿਉਂ 140 ਕਰੋੜ 140 ਕਰੋੜ ਲੋਕਾਂ ਨਾਲ ਕੀਤਾ ਖਿਲਵਾੜ ਕਿਉਂ ਕਿਸ ਵਜ੍ਹਾ ਕਰਕੇ ਦੁਨੀਆ ਨੂੰ ਨਹੀਂ ਪਤਾ ਲੱਗਿਆ ਕਿ ਇੱਥੇ ਕੀ ਹੋ ਗਿਆ ਜੀ 20 ਦੇ ਵਿੱਚ ਜੇ ਜੀ 20 ਦਾ ਖਰਚਾ ਹੀ ਨਹੀਂ ਸਾਨੂੰ ਦੱਸਿਆ 140 ਕਰੋੜ ਲੋਕਾਂ ਨੂੰ ਤੇ ਹੋਰ ਕੀ ਦੱਸਣਗੇ ਜੀ 20 ਸੰਮੇਲਨ ਦੇ ਵਿੱਚ ਇਹੋ ਜਿਹੇ ਕਿਹੜੀਆਂ ਗੱਲਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਕੈਨੇਡਾ ਭਾਰਤ ਦੇ ਵਿੱਚ ਜਿਹੜੇ ਵਿਵਾਦ ਖੜੇ ਹੋਏ ਆ ਉਹਦੇ ਨਾਲ ਜੁੜੀਆਂ ਹੋਈਆਂ ਜਿਹੜਾ ਉੱਥੇ ਪਈਆਂ ਹੌਲੀ ਹੌਲੀ ਗੱਲਾਂ ਸਾਹਮਣੇ ਆ ਰਹੀਆਂ ਅੱਜ ਤੁਰਕੀ ਦੀ ਵੀ ਗੱਲ ਆ ਗਈ ਹੈ ਸਾਹਮਣੇ ਜਿੰਨੇ ਵੀ ਸਦਰ ਆਏ ਨੇ ਉਹ ਖੁਸ਼ ਨਹੀਂ ਥੀ ਬਾਈਡਨ ਸਾਹਿਬ ਨੇ ਵੀ ਜਾ ਕੇ ਸਾਊਥ ਵੀਟਨਾਮ ਵਿੱਚ ਜੇ ਮੈਂ ਭੁੱਲਦਾ ਨਹੀਂ ਉੱਥੇ ਪ੍ਰੈਸ ਕਾਨਫਰੰਸ ਕੀਤੀ ਇੱਥੇ ਕਿਉਂ ਨਹੀਂ ਕੀਤੀ ਉਹਨਾਂ ਨੇ ਇੱਥੇ ਗੋਦੀ ਮੀਡੀਆ ਜਿਹੜਾ ਇਸ ਗੱਲ ਦਾ ਜਵਾਬ ਦੇਣ ਤੋਂ ਲਾਚਾਰ ਇਸ ਲਈ ਹੈ ਕਿਉਂਕਿ ਰੋਟੀਆਂ ਕਰਨ ਪੂਰੇ ਤਾਲ ਆਉ। ਜੇ ਅਸੀਂ ਕੋਈ ਸਵਾਲ ਪੁੱਛ ਲਿਆ ਜਾਂ ਉਹਨਾਂ ਦੀ ਕੋਈ ਪ੍ਰੈਸ ਕਾਨਫਰੰਸ ਕਰਤੀ ਤ ਤੁਸੀਂ ਆਪਣੇ ਦੇਸ਼ ਦੇ ਲੋਕਾਂ ਤੇ ਅੰਕਸ਼ ਲਗਾ ਸਕਦੇ ਹੋ ਸ਼੍ਰੀ ਮੋਦੀ ਸਾਹਿਬ ਲੇਕਿਨ ਤੁਸੀਂ ਦੁਨੀਆ ਦੇ ਸਰਬਰਾਹਾਂ ਦੇ ਉੱਤੇ ਅੰਕਸ਼ ਨਹੀਂ ਲਗਾ ਸਕਦੇ। ਟਰੂਡੋ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਬੜਾ ਸਾਫ਼ ਤੇ ਸਪਸ਼ਟ ਤੌਰ ਤੇ ਸੁਣਿਆ ਦਿੱਤਾ ਉਹਨਾਂ ਨੇ ਕਿ ਨਿਜਰ ਸਾਹਿਬ ਜਿਹੜੇ ਸੀਗੇ ਭਾਵੇਂ ਉਹ ਭਾਰਤੀ ਮੂਲ ਦੇ ਸੀਗੇ ਲੇਕਿਨ ਉਹ ਕੈਨੇਡਾ ਦੇ ਬਚੰਦੇ ਸੀ ਸਿਟੀਜ਼ਨ ਸੀ ਜੇ ਤੁਸੀਂ ਉਹਨਾਂ ਦੇ ਉੱਤੇ ਇਦਾਂ ਦੀ ਕਾਰਵਾਈ ਕੀਤੀ ਆ ਆ ਸਬੂਤ ਛਕੋ ਤੇ ਇਹ ਸਬੂਤ ਜਿਹੜੇ ਨੇ ਇਹ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਆ ਉਹ ਤਾਂ ਦਿਸਦਾ ਹੀ ਪਿਆ ਸੀ ਭਾਰਤ ਸਰਕਾਰ ਦੇ ਅਧਿਕਾਰੀ ਸੰਤੁਸ਼ਟ ਨਹੀਂ ਜਸਟਨ ਟਰੂਡੋ ਦੇ ਬਿਆਨ ਤੋਂ ਕਹਿੰਦੇ ਪੁਖਤਾ ਸਬੂਤ ਸਾਹਮਣੇ ਰੱਖੋ ਫਿਰ ਅਗਲੀ ਗੱਲ ਕਰਾਂਗੇ ਕਹਿੰਦੇ ਸਬੂਤ ਕਿਉਂ ਨਹੀਂ ਪੇਸ਼ ਕਰਦੀ ਕੈਨੇਡਾ ਸਰਕਾਰ ਇਹ ਕਿ ਉਹਨੇ ਸਬੂਤ ਪੇਸ਼ ਕਰਦੇ ਸਾਡੇ ਜਿਹੜੇ ਇਨਵੋਲਵਮੈਂਟ ਹੈ ਨਹੀਂ ਇਹਨਾਂ ਦੇ ਕਾਰਪੋਰੇਟ ਸੈਕਟਰ ਨੇ ਜਿੰਨੇ ਰੌਲਾ ਪਾਇਆ ਹੋਇਆ ਹੈ ਇਹਨਾਂ ਉਹਨਾਂ ਦੀ ਗੱਲ ਕਿਸੇ ਨੇ ਨਹੀਂ ਮੰਨੀ ਕੀ ਉਹ ਸਾਰੀ ਦੁਨੀਆ ਨੂੰ ਜਿਹੜਾ ਭਾਰਤੀ মিডিਆ ਹੈ ਗੋਦੀ মিডিਆ ਹੈ ਇਹ ਕਾਰਪੋਰੇਟ ਸੈਕਟਰ ਜਿਹੜਾ ਇਸ ਦਾ ਸੰਚਾਲਨ ਕਰਦਾ ਮੋਦੀ ਸਾਹਿਬ ਦੀਆਂ ਤਕਰੀਰਾਂ ਦਾ ਭਾਵੇਂ ਮੰਦੀ ਬਾਤ ਹੈ ਜਾਂ ਕਿਤੇ ਹੋਰ ਦਾ ਮੈਂ ਤੁਹਾਨੂੰ ਇੱਕ ਗੱਲ ਚੈਲੰਜ ਨਾਲ ਕਹਿਣਾ ਜਿੰਨੀਆਂ ਗੱਲਾਂ ਵੀ ਅੱਜ ਕੱਲ ਮੋਦੀ ਸਾਹਿਬ ਨੇ ਕੀਤੀਆਂ 105 ਸਪੀਚਾਂ ਹੋ ਗਈਆਂ ਮਨ ਦੀ ਬਾਤ ਦੀਆਂ ਇਹਨਾਂ ਨੂੰ ਇਹ ਹੀ ਨਹੀਂ ਪਤਾ ਮੈਂ ਕਿਹਾ ਕੀ ਹੈ ਉਹ ਨੇਸ਼ ਦੇਸ਼ ਦੀ ਤਰੱਕੀ ਦੀ ਗੱਲ ਕੀਤੀ ਹੈ ਕਿਹੜੀ ਤਰੱਕੀ ਹੋਈ ਹੈ ਕੀ ਹੋਇਆ ਮੈਂ ਆਪਣੇ ਵੀਡੀਓ ਚੈਨਲ ਐਡਵੋਕੇਟ ਜਗਮਉਂ ਸਿੰਘ ਪੱਟੀ ਦੇ ਚੈਨਲ ਦੇ ਉੱਤੇ ਨਾਂ ਦੇ ਉੱਤੇ ਮੇਰਾ ਵੀਡੀਓ ਚੱਲਦਾ ਹੈ ਚੈਨਲ ਉਹਦੇ ਉੱਤੇ ਮੈਂ ਮੋਦੀ ਸਾਹਿਬ ਨੂੰ ਇਹ ਬੇਨਤੀ ਕੀਤੀ ਏ ਤੁਸੀਂ 10 ਲੱਖ ਬੇਲੇ ਆਂਦਾ ਬਹੁਤ ਅੱਛਾ ਕੀਤਾ ਔਮਨ ਰਿਜ਼ਰਵੇਸ਼ਨ ਲਿਆਂਦੀ ਬੜੀ ਅੱਛੀ ਕੀਤੀ ਇਹ ਨਹੀਂ ਪਤਾ ਵੀ ਨਿਆਣਾ ਜੰਮਿਆ ਕਿਹੋ ਜਿਹਾ ਜੰਮਿਆ ਕਿਹੋ ਜਿਹਾ ਨਹੀਂ ਜੰਮਿਆ ਤੇ ਕਦੋਂ ਇਹਨੇ ਵੱਡਾ ਹੋਣਾ ਕਦੋਂ ਇਹਨੇ ਪਲਪਨੇ ਕਦੋਂ ਇਹਨੇ ਜਵਾਨੀ ਵਿੱਚ ਪੈਰ ਰੱਖਣਾ ਤੇ ਘਟੋ ਘੱਟ ਜਿਹੜੀਆਂ ਧੀਆਂ ਸਾਊਥ ਦੇ ਵਿੱਚ ਦੇਵਦਸੀ ਪ੍ਰਥਾ ਦੇ ਧਾਇਰੇ ਵਿੱਚ ਆਉਂਦੀਆਂ ਉਹਨਾਂ ਬਾਰੇ ਤੁਸੀਂ ਕੀ ਕੀਤਾ ਕੀ ਸੋਚਿਆ ਉਹਨਾਂ ਬਾਰੇ ਵੀ ਕਾਨੂੰਨ ਲਾਓ ਤੁਸੀਂ ਆਪਣੇ ਆਪ ਨੂੰ ਕਲੇਮ ਕਰਦੇ ਹੋ ਕਿ ਅਸੀਂ ਸਨਾਤਨੀ ਹਾਂ ਕਿ ਉਹ ਧੀਆਂ ਦੇਸ਼ ਦਾ ਹਿੱਸਾ ਨਹੀਂ ਦੇਸ਼ ਦੀਆਂ ਨਾਗਰਿਕ ਨਹੀਂ ਜਿਨ੍ਹਾਂ ਨੂੰ ਭਗਵਾਨ ਦੇ ਨਾਂ ਥੱਲੇ ਤੋਂ ਸੀ ਉਹਨਾਂ ਨਾਲ ਭਗਵਾਨ ਦੀ ਸ਼ਾਦੀ ਕਰ ਦਿੰਦੇ ਹੋ ਮੁੱਦਾ ਹੈ ਹੀ ਹੈ ਜਦੋਂ ਅਸੀਂ ਗੱਲ ਕੈਨੇਡਾ ਭਾਰਤ ਦੀ ਕਰਦੇ ਹਾਂ ਉਸ ਵਿੱਚੋਂ ਅਮਰੀਕਾ ਨੇ ਵੀ ਬਿਆਨ ਦੇ ਦਿੱਤਾ ਉਹ ਕਹਿੰਦੇ ਅਸੀਂ ਤੇ ਖੁਦ ਖੂਫੀਆ ਜਾਣਕਾਰੀ ਦਿੱਤੀ ਸੀ ਕੈਨੇਡਾ ਨੂੰ ਕਿ ਨਿਜਰ ਦਾ ਜਿਹੜਾ ਕਤਲ ਕਾਂਡ ਹੈ ਉਸ ਪਿੱਛੇ ਭਾਰਤੀ ਏਜੰਸੀਆਂ ਦਾ ਕਿੰਨਾ ਹੱਥ ਹੈ ਕਿੰਨਾ ਨਹੀਂ ਔਰ ਕਤਲ ਦੇ ਲਈ ਪਹਿਲਾਂ ਕਹਿ ਵੀ ਦਿੱਤਾ ਸੀ ਇਨਪੁਟ ਦੇ ਵੀ ਦਿੱਤੀ ਸੀ ਕੈਨੇਡਾ ਨੂੰ ਤੁਹਾਨੂੰ ਮੈਂ ਇੱਕ ਗੱਲ ਦੱਸ ਰਿਹਾ ਸਾਡਾ ਸਿਸਟਮ ਜਿਹੜਾ ਹੈ ਉਹ ਕਿਤੇ ਦੂਰ ਹੈ ਜਦੋਂ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਕੋਈ ਫਲਾਈਟ ਚੱਲਦੀ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਇਹ ਸੀਟ ਦੇ ਉੱਤੇ ਕੌਣ ਬੰਦਾ ਕਿਹੜੇ-ਕਿਹੜੇ ਐਂਟੀਸੀਡੈਂਟਸ ਵਾਲਾ ਬੈਠਾ ਹੈ ਤੇ ਇਹਨੂੰ ਕਿੱਥੇ ਅਸੀਂ ਗ੍ਰਿਫਤਾਰ ਕਰਨਾ ਹੈ ਜਾਂ ਨਹੀਂ ਕਰਨਾ ਜਾਂ ਇਹਦੀ ਨਿਗਰਾਨੀ ਕਰਨੀ ਹੈ ਸਾਡੀ ਸਰਕਾਰ ਕੋਲ ਇਹ ਸਹੂਲਤਾਂ ਹੀ ਨਹੀਂ ਜੇ ਸਹੂਲਤਾਂ ਨਹੀਂ ਤੇ ਉਹਨਾਂ ਦੇ ਸਿਸਟਮ ਦੇ ਉੱਤੇ ਕਿਵੇਂ ਕਿੰਤੂ ਪਰੰਤੂ ਕਰ ਸਕਦੇ ਆ ਇਹ ਇੱਕ ਵਿਚਾਰਨ ਵਾਲੀ ਗੱਲ ਹੈ 140 ਕਰੋੜ ਲੋਕਾਂ ਨੂੰ ਬੇਵਕੂਫ ਨਾ ਬਣਾਓ بڑے ਲੋਕ ਇਸ ਚੀਜ਼ ਨੂੰ ਜਾਣਦੇ ਨੇ ਮੈਂ ਖੱਲਾ ਹੀ ਨਹੀਂ ਜਾਣਦਾ ਇਹ ਚੀਜ਼ ਬੜੀ ਬੜੀ ਸਰਵਜਨਕ ਹੋ ਚੁੱਕੀ ਏ ਵਾਲ ਸਟਰੀਟ ਨੇ ਐਡਾ ਵੱਡਾ ਜਿਹੜਾ ਆਰਟੀਕਲ ਲਿਖ ਦਿੱਤਾ ਉਹ ਸਾਡੇ 140 ਕਰੋੜ ਲੋਕਾਂ ਦੀ ਜ਼ਲਾਲਤ ਕਰਨ ਵਿੱਚ ਕਿਹਦਾ ਹੱਥ ਹੈ ਉਹਦੇ ਉੱਤੇ ਫਾਰਗ ਸਰਕਾਰੀ ਕਮਿਸ਼ਨ ਬਹਾਲਵੇ ਤੇ ਮੰਗ ਲਵੇ ਸਬੂਤ ਫਿਰ ਉਹਨਾਂ ਤੋਂ ਹੂੰ ਦੇ ਦੇਣਗੇ ਉਹ ਗੱਲ ਸਬੂਤਾਂ ਨਾਲ ਨਹੀਂ ਹੁੰਦੀ ਹਮ ਕਰੇ ਤਾਂ ਬਦਮਾਸ਼ੀ ਉਹ ਕਰੇ ਤਾਂ ਲੀਲਾ ਇਹ ਕਿਹੋ ਜਿਹਾ ਚੜਿਆ ਤੁਸੀਂ ਪਤੀਲਾ ਅੱਗੇ ਦੇ ਉੱਤੇ ਦੇਸ਼ ਨੂੰ ਅੱਗ ਦੇ ਵਿੱਚ ਨਾ ਝੋਕੋ ਵਿਸ਼ਵ ਗੁਰੂ ਦਾ ਕੀ ਕੰਮ ਸੀ? ਸ਼੍ਰੀ ਮੋਦੀ ਜੀ ਤੁਹਾਨੂੰ ਇੱਕ ਗੱਲ ਦੱਸ ਦਿਆਂ ਮੇਰੇ ਟਾਈਟਲਾਂ ਨਾਲ ਨਿਲੇ ਰੋੜੇ ਲਾ ਮੇਰੇ ਟੋਲਟ ਮੱਕੇ ਨਾਲ ਵਿਸ਼ਵ ਗੁਰੂ ਤੁਸੀਂ ਨਹੀਂ ਬਣ ਸਕਦੇ ਤੁਹਾਨੂੰ 140 ਕਰੋੜ ਲੋਕਾਂ ਦੀ ਭਾਵਨਾ 140 ਕਰੋੜ ਦੇ ਵਿੱਚੋਂ ਕਿੰਨੇ ਲੋਕਾਂ ਦਾ ਕੈਨੇਡਾ ਅਮਰੀਕਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਨਾਲ ਵਪਾਰ ਹੈ ਪੱਛਮੀ ਯੂਰਪੀਅਨ ਕੰਟਰੀਸ ਨਾਲ ਕੀ ਤੁਸੀਂ ਉਹਨਾਂ ਦੇ ਪੈਸੇ ਦਾ ਉਹਨਾਂ ਦੇ ਵਪਾਰ ਦਾ ਧਿਆਨ ਰੱਖਿਆ ਪਹਿਲਾ ਸਵਾਲ ਕੀ ਤੁਸੀਂ ਜਿਹੜੇ ਬੱਚੇ ਜਾ ਰਹੇ ਨੇ ਇੱਥੋਂ ਵਿਦੇਸ਼ਾਂ ਵਿੱਚ ਉਹ ਤੁਹਾਡੀਆਂ 19 ਕਰੋੜ ਪਕੌੜੇ ਤਲਣ ਤੇ ਵੇਚਣ ਵਾਲੀਆਂ ਨੌਕਰੀਆਂ ਨੂੰ ਉਹਨਾਂ ਨੇ ਲੱਤ ਮਾਰ ਕੇ ਜਾਣਾ ਸ਼ੁਰੂ ਕੀਤਾ ਇਹ ਤੁਹਾਡੀਆਂ 19 ਕਰੋੜ ਨੌਕਰੀਆਂ ਜਿਹੜੀਆਂ ਪਿਛਲੇ 9.5 ਨਾਲੇ ਨਿਕਲਣੀਆਂ ਸੀ ਉਹ ਪਕੌੜੇ ਤਲਣ ਵਾਲੀਆਂ ਤੇ ਪਕੌੜੇ ਤਲਾਂ ਵਾਲੀ ਨੌਕਰੀ ਜੇ ਉਹਨਾਂ ਨੂੰ ਨਹੀਂ ਸਹੀ ਲੱਗੀ ਤੇ ਉਹ ਕਿੱਥੇ ਜਾਣ ਤੇ ਫਿਰ ਤੁਸੀਂ ਉਹਨਾਂ ਦੇ ਹੱਕਾਂ ਦੀ ਰਾਖੀ ਕੀ ਕੀਤੀ ਕੀ ਉਹ ਭਾਰਤ ਦੇ ਨਾਗਰਿਕ ਨਹੀਂ ਜਿਹੜੇ ਉਹ ਵਿਦੇਸ਼ਾਂ ਜਾ ਕੇ ਬੱਥੇ ਨੇ ਕੀ ਉਹ ਤੁਹਾਡੀ ਨਹੀਂ ਜਿਹੜੀ ਨਾਕਾਮੀ ਹੈ ਸਰਕਾਰ ਦੀ ਉਹਦਾ ਨਤੀਜਾ ਨਹੀਂ ਉਹ ਲੋਕ ਜਿਹੜੇ ਲੋਕ ਬਿਜ਼ਨਸ ਕਰ ਰਹੇ ਨੇ ਵਪਾਰ ਕਰ ਰਹੇ ਨੇ ਵਿਦੇਸ਼ਾਂ ਨਾਲ ਉਹਨਾਂ ਦੀ ਨਾਕਾਮੀ ਨਹੀਂ ਇੱਕ ਗੱਲ ਹੋਰ ਸਾਹਮਣੇ ਆ ਗਈ ਹੈ ਦੇਖਣ ਇਥੇ ਜੀ ਹੁਣ ਇਹ ਗੱਲ ਆ ਗਈ ਹੈ ਵੀ ਚੀਨ ਨੇ ਕੈਨੇਡਾ ਦੇ ਰਾਈ ਜਿਹੜਾ ਗੋਦੀ মিডিਆ ਨੇ ਰੋਲਾ ਪਾਇਆ ਜੀ ਬਈ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਆ ਤੇ ਮੋਦੀ ਸਾਹਿਬ ਫੇਰ ਛੱਕ ਦੀ ਸੋਈ ਸਿੱਧੀ ਤੁਹਾਡੇ ਤੇ ਜਾਂਦੀ ਹੈ ਉਹ ਕਿਉਂ ਜਾਂਦੀ ਹੈ ਇਸ ਵਜ੍ਹਾ ਕਰਕੇ ਜਾਂਦੀ ਹੈ ਜਦੋਂ ਤੁਸੀਂ 2014 ਦੇ ਵਿੱਚ ਤੁਸੀਂ ਚੀਨ ਦੇ ਸਦਰ ਨੂੰ ਬੁਲਾਇਆ ਸੀ ਤੇ ਸਿੱਧਾ ਅਹਮਦਾਬਾਦ ਲੈ ਆਂਦਾ ਸੀ ਦਿੱਲੀ ਕਿਉਂ ਨਹੀਂ ਮਗਵਾਇਆ جے ਤੁਸੀਂ ਵਾਈਬਰੈਂਟ ਗੁਜਰਾਤ ਬਣਾਇਆ ਤੇ ਉਹਦੇ ਵਿੱਚ ਦੱਸੋ ਸਰਵਜਨਕ ਕਰੋ 140 ਕਰੋੜ ਲੋਕਾਂ ਨੂੰ ਕਿ چین ਦੀ ਕਿੰਨੀ ਹਿੱਸੇਦਾਰੀ ਹੈ ਕਿੰਨੀ ਇਨਵੈਸਟਮੈਂਟ ਹੈ ਕਿੰਨੀ ਭਾਰਤ ਦੇ ਲੋਕਾਂ ਦੀ ਇਨਵੈਸਟਮੈਂਟ ਹੈ ਸਰਵਜਨਕ ਕਰੋਨਾ ਇੱਕ ਗੱਲ ਨਾ ਤੁਹਾਡੀਆਂ ਵਿੱਚ ਨੇ ਜਿਹੜੀਆਂ ਕੈਨੇਡਾ ਭਾਰਤ ਦੇ ਜਿਹੜੇ ਵਿਵਾਦ ਸਬੰਧ ਚੰਗੇ ਭਲੇ ਚੱਲੇ ਆਉਂਦੇ ਸੀ ਥੋੜੇ ਜਿਹੜਾ ਇੱਧਰ ਉੱਧਰ ਹੋਇਆ ਕੰਮ ਨਿੱਜਰ ਕਤਲ ਕਾਂਡ ਦੇ ਕਰਕੇ ਇਧਰੋਂ ਤਾਂ ਭਾਜਪਾ ਵਾਲੇ ਪਾਸੇ ਵੀ ਬਿਆਨ ਜਾਂਦੇ ਆ ਸਾਡੇ ਸਾਬਕਾ ਮੁੱਖ ਮੰਤਰੀ ਜਿਹੜੇ ਰਹੇ ਆ ਕੈਪਟਨ ਮਰਿੰਦਰ ਸਿੰਘ ਉਹ ਤਾਂ ਸਿੱਧਾ ਇਸ਼ਾਰਾ ਕਰ ਚੁੱਕੇ ਆ ਅਖਬਾਰਾਂ ਵਿੱਚ ਸੁਰਖੀਆਂ ਬਣ ਗਈਆਂ ਕਿ 140 ਕਰੋੜ ਲੋਕਾਂ ਨਾਲ ਪੰਗਾ ਨਾ ਲਓ ਉਹਨਾਂ ਨੇ ਤਾਂ ਸਿੱਧਾ ਚੇਤਾਵਨੀ ਦਿੱਤੀ ਆ ਕੈਨੇਡਾ ਸਰਕਾਰ ਨੂੰ ਇਹ ਉਹ ਗਦਾਰ ਹੈ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦਾ ਜਿਹੜਾ ਖਾਲਸਾ ਰਾਏ ਸੀ ਉਸਦੇ ਗद्दार ਨੇ ਇਹ ਲੋਗ ਇਹਨਾਂ ਦੇ ਵੱਡੇ-ਵੱਡੇ ਰਿਆ ਨੇ ਗਦਾਰੀ ਕੀਤੀ ਹੈ ਤੇ ਖੂਨੀ ਤੇ ਆਲਰੇਡੀ ਹੈ ਗਦਾਰੀ ਮੈਂ ਨਹੀਂ ਕਹਿੰਦਾ ਸੋਸ਼ਲ ਮੀਡੀਆ ਕਹਿੰਦਾ ਲੋਕ ਕਹਿੰਦੇ ਇਹਨਾਂ ਦੇ ਮੂੰਹ ਤੇ ਚਪੇੜਾ ਮਾਰਦੇ ਨੇ ਜੇ ਨਹੀਂ ਇਮਾਨਦਾਰ ਸੀਗਾ ਪਹਿਲੇ ਅਖਾਲੀਦਾਲੀ ਸੀਗਾ ਫੇਰੇ ਕਾਂਗਰਸ ਸੀ ਜਾਵੜਿਆ ਤੇ ਹੁਣ ਭਾਜਪਾ ਛਾਲ ਮਾਰ ਕੇ ਜਾਵੜਿਆ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਵੈਰ ਜੇ ਦੇ ਨਾਲ ਕੀਤੀ ਜਾਏ ਇਸ ਗੱਲ ਦੀ ਗੱਲਾਂ-ਗੱਲਾਂ ਵਿੱਚ ਸਹਿਰ ਤੇ ਇਹ ਗੱਲ ਸਾਫ ਉਗੜ ਕੇ ਤੰਨੇ ਆਂਦੀ ਏ ਖਟਣ ਗਏ ਖਟਾਊ ਕੀ ਖਟਲੇ ਆਏ ਸ਼ੁਕਰ ਕਰੋ ਫਿਰ ਮੁੰਨੀਆਂ ਉਹ ਜਿਉਂਦੇ ਘਰ ਆਏ ਪਰ ਕੈਪਟਨ ਮਨਿੰਦਰ ਸਿੰਘ ਨੇ ਸੰਦਰਭ ਚ ਜਿਹੜੀ ਗੱਲ ਕਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿਹੜੇ ਦਮ ਤੇ ਕਹੀ ਯਾਰ ਕੀ ਆਧਾਰ ਬਣਾ ਕੇ ਕਹੀ ਹੋ ਸਕਦੀ ਹੈ ਇਸ ਸਵਾਲ ਦਾ ਮੈਂ ਤੁਹਾਨੂੰ ਜਵਾਬ ਇੱਕ ਗੱਲ ਦਾ ਦੇ ਦਿਆਂ ਕੰਗਨਾ ਰਣੌਤ ਨੇ ਸਿੱਖਾਂ ਬਾਰੇ ਫਾਲਤੂ-ਵਾਲਤੂ ਬੋਲਿਆ ਜੀ ਉਹਦੇ ਉੱਤੇ ਮਨਜਿੰਦਰ ਸਿੰਘ ਸਰਥਾ ਨੇ ਐਫਆਈਆਰ ਕਰਾਤੀ ਹੂੰ ਬੰਬੇ ਦੇ ਵਿੱਚ ਤੇ ਉਹਦਾ ਨਤੀਜਾ ਸਾਲ ਹੋ ਗਿਆ ਕੀ ਆਇਆ ਮੰਜੇਂਦਰ ਸਿੰਘ ਸਰਸਾ ਵੀ ਭਾਜਪੀ ਦਾ ਤੇ ਕੰਗਨਾ ਰਣੌਤ ਵੀ ਸਰਸਾ ਦੀ ਇਹ ਜਿਹੜੀ ਚੋਰ ਕੁੱਤੀ ਰਲੇ ਹੋਏ ਨੇ ਮੇਰਾ ਖਿਆਲ ਹੈ ਤੁਸੀਂ ਇਸ਼ਾਰਾ ਸਮਝ ਗਏ ਉਹ ਤੁਹਾਡੇ ਸੂਝਵਾਨ ਦਰਸ਼ਕ ਵੀ ਸਮਝਦੇ ਇਸ ਚੀਜ਼ ਨੂੰ ਕਿ ਤੁਸੀਂ ਤੰਜ ਦੇ ਰੂਪ ਦੇ ਵਿੱਚ ਹੈ ਜਿਹੜੇ ਇੰਨੇ ਤਿੱਖੇ ਸ਼ਬਦ ਤਿੱਖੇ ਬੋਲ ਦਿੰਦੇ ਆ ਅਗਲਿਆਂ ਨੂੰ ਤਕਲੀਫ ਬਹੁਤ ਹੁੰਦੀ ਹੈ ਕਹਿੰਦੇ ਤਾਂ ਸਾਡੇ ਮਾਣ ਨੂੰ 6 ਵਜਦੀ ਹੈ ਇਹ ਜਿਹੇ ਸ਼ਬਦਾਂ ਨਾਲ ਕਦਾ ਮਾਣ ਹੈ ਇਹਨਾਂ ਲੋਕਾਂ ਦਾ ਕੀ ਮਾਣ ਹੈ ਇਹਨਾਂ ਲੋਕਾਂ ਦਾ ਮਾਣ ਉਹ ਹੁੰਦਾ ਸਨਮਾਨ ਉਹ ਹੁੰਦਾ ਜਿਹੜਾ ਕੇ ਵਾਕਿਆ ਹੀ ਦੇਸ਼ ਦਾ ਸਿਰ ਉੱਚਾ ਕਰੇ ਜੇ ਕੋਈ ਵੀ ਸਿਰ ਨੀਮਾ ਕਰਨ ਦੀ ਕੋਸ਼ਿਸ਼ ਕਰਦਾ ਦੇਸ਼ ਦਾ ਤੇ ਮੇਰਾ ਖਿਆਲ ਹੈ ਕਿ ਉਸ ਨੂੰ ਦੇਸ਼ ਭਗਤੀ ਦਾ ਲੈਸਨ ਜਿਹੜਾ ਲੈਣਾ ਚਾਹੀਦਾ ਆ ਦੋ ਦਿਨ ਪਹਿਲੇ ਇਹ ਗੱਲ ਹੋਈ ਹੈ ਇੱਕ ਐਮਪੀ ਸਾਹਿਬ ਨੇ 1 ਮਿੰਟੇ 11 ਗਲਾਂ ਕੱਢਤੀਆਂ ਪਾਰਲੀਮੈਂਟ ਦੇ ਵਿੱਚ ਤੇ ਜਿਹੜਾ ਸਪੀਕਰ ਓਮ ਬਿਰਲਾ ਉਸ ਦੇ ਐਕਸ਼ਨ ਤੋਂ ਇਹ ਦਿੱਥਰੇ ਅਤੀ ਛਰੇਆਮ ਕਿਉਂਕਿ ਉਹਦੀ ਕੁੜੀ ਨੂੰ ਇਹਨਾਂ ਨੇ ਯੂਪੀਐਸਸੀ ਦਾ ਬਿਨਾ ਇਮਤਿਹਾਨ ਪਾਸ ਕਰਾਏ ਇੰਟਰਵਿਊ ਕਰਾਏ ਸਿੱਧੀ ਆਈਐਸ ਲਾਤਾ 24 ਸਾਲ ਦੀ ਉਮਰ ਇਹਦੀ ਕੁੜੀ ਨੂੰ ਉਹਮ ਬਿਲਰਾਦੀ ਇਹ ਵੀ ਤੁਹਾਡੀ ਨਿਗਾਹ ਚ ਹੈ ਦਰਸ਼ਕਾਂ ਦੀ ਨਿਗਾਹ ਚ ਹੈ ਕਿ ਉਸ ਦਾ ਇਹ ਦਾਨਾ ਦਿੱਤਾ ਗਿਆ ਉਸ ਨੂੰ ਉੱਤੇ ਕਾਰਵਾਈ ਨਾ ਕਰਕੇ ਰਗਮ ਛੱਡੇ ਤੇ ਕਿਉਂ ਕਾਰਵਾਈ ਕੀਤੀ ਗਈ ਸੰਜੇਤ ਸਿੰਘ ਤੇ ਕਿਉਂ ਕਾਰਵਾਈ ਕੀਤੀ ਗਈ ਇਸ ਤਰ੍ਹਾਂ ਹੋਰ ਕਈ ਸੰਸਦ ਨੇ ਜਿਨ੍ਹਾਂ ਦਾ ਮੈਂ ਨਾਮ ਲਵਾ ਉਹਨਾਂ ਤੇ ਕਿਉਂ ਕਾਰਵਾਈ ਕੀਤੀ ਓਮ ਪਟਕਾਸ਼ ਜਿਹੜਾ ਬਿਰਲਾ ਓਮ ਬਿਰਲਾ ਜੀ ਉਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਏ ਕਿ ਸਭ ਤੋਂ ਵੱਡਾ ਇਹ ਲੋਕਤੰਤਰ ਦੀ ਸੰਸਥਾ ਦਾ ਸਪੀਕਰ ਹੋਣ ਦੇ ਬਾਵਜੂਦ ਇਸ ਨੇ ਕੁੱਤਾਈ ਕੀਤੀ ਏ ਸਭ ਤੋਂ ਪਹਿਲੇ ਇਹਨੂੰ ਡਿਸਮਿਸ ਕਰਕੇ ਤਿਆਰ ਜੇ ਲਈ ਭੇਜੋ ਉਹ ਭਾਜਪਾ ਐਮਪੀ ਜੀ ਦੀ ਤੁਸੀਂ ਗੱਲ ਕਰ ਰਹੇ ਹੋ ਲੋਕ ਸਭਾ ਦੇ ਵਿੱਚ ਐਡੇ ਵੱਡੇ ਤਰੀਕੇ ਦੇ ਨਾਲ ਇੱਕ ਬਸਪਾ ਦੇ ਐਮਪੀ ਨੂੰ ਜਿਵੇਂ ਤੁਸੀਂ ਗਾਲ੍ਹਾਂ ਕੱਢਣ ਦੀ ਗੱਲ ਆਖੀ ਕਰ ਦਿੱਤੀ ਇਹ ਹੁਣ ਪਾਰਲੀਮੈਂਟ ਦੇ ਅੰਦਰ ਵੀ ਇਹੋ ਜੀਆਂ ਗੱਲਾਂ ਚੱਲ ਰਹੀਆਂ ਬਾਹਰ ਮੌਬ ਲਿੰਚਿੰਗ ਵਰਗੀਆਂ ਘਟਨਾਵਾਂ ਵੀ ਹੁੰਦੀਆਂ ਸੀ ਹੁਣ ਹੌਸਲੇ ਬੁਲੰਦ ਹੋ ਗਏ ਇਮਾਰਤ ਤਾਂ ਨਵੀਂ ਹੈ ਵਿਚਾਰ ਕਿਉਂ ਨਹੀਂ ਆਪਾਂ ਇਹਨਾਂ ਵਿੱਚ ਇਹ ਚੀਜ਼ ਤੁਸੀਂ ਬਿਲਕੁਲ ਠੀਕ ਕਹੀ ਹੈ ਇਸ ਵੇਲੇ ਜੇ ਖਬਰ ਆਈ ਹੈ ਆ ਤੇ ਪ੍ਰੋਥੇ ਯੋਗ ਬਤਿਲੇ ਤਾਂ ਵੀ ਆ ਬੀਜੇਪੀ ਦਾ ਕੋਈ ਆਧਾਰ ਨਹੀਂ ਪੰਜਾਬ ਦੇ ਵਿੱਚ ਇਹਨਾਂ ਨੂੰ ਆਪਣੀ ਹਾਰ ਪੰਜਾਬ ਤੇ ਹਰ ਹਮੇਸ਼ਾ ਸਪਸ਼ਟ ਨਜ਼ਰ ਆ ਰਹੀ ਹੈ ਇਸਦੀ ਬੁਖਲਾੜ ਜਿਹੜੀ ਹੈ ਮੋਦੀ ਸਾਹਿਬ ਦੇ ਚਿਹਰੇ ਦੇ ਉੱਤੋਂ ਜਿਹੜਾ ਲਿਖਦਾ ਹੁੰਦਾ ਸੀ ਜਿਹੜਾ 56 ਇੰਚ ਦਾ ਸੀਨਾ ਸੀ ਉਹ 5 6 ਇੰਚ ਦਾ ਰਹਿ ਗਿਆ ਉਹਦੇ ਤੋਂ ਸਾਫ ਤੇ ਸਪਸ਼ਟ ਤੌਰ ਤੇ ਨਜ਼ਰ ਆ ਰਹੀ ਹੈ ਕਿਉਂਕਿ ਅਸੀਂ ਦੇਸ਼ ਤੇ ਲੋਕਾਂ ਲਈ ਕੀਤਾ ਹੀ ਕੋਈ ਨਹੀਂ ਇਹ ਜਿਹੜੀ ਭਾਰਤ ਕੈਨੇਡਾ ਵਾਲਾ ਜਿਹੜਾ ਵਿਵਾਦ ਜੈ ਪੈਦਾ ਹੋਇਆ ਹੈ ਵੀ ਤੁਹਾਨੂੰ ਲੱਗਦਾ ਵੋਟ ਬੈਂਕ ਦੀ ਰਾਜਨੀਤੀ ਹੈ ਦੋਨਾਂ ਪਾਸੇ ਜਾਂ ਇੱਕ ਪਾਸੇ ਜ਼ਿਆਦਾ ਹੈ ਮੈਂ ਇਸ ਨੂੰ ਵੋਟ ਬੈਂਕ ਦੀ ਰਾਜਨੀਤੀ ਨਹੀਂ ਕਮਾਂਗਾ ਮੈਂ ਇਸ ਨੂੰ ਕੋਈ ਰੰਗ ਨਹੀਂ ਦੇਵਾਂਗਾ ਮੈਂ ਤਾਂ ਇੱਕੋ ਸਵਾਲ ਆਪਣੀ ਸਰਕਾਰ ਨੂੰ ਪੁੱਛਣਾ ਔਰ ਪੁੱਛਣ ਦਾ ਅਧਿਕਾਰ ਰੱਖਦਾ ਵੀ ਦੀ ਪੀਪਲ ਆਫ ਇੰਡੀਆ ਵੱਲੋਂ ਕਿ ਤੁਸੀਂ 140 ਕਰੋੜ ਲੋਕਾਂ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਨਾਲ ਬਾਲੋ ਹਿੱਤਾਂ ਦਾ ਕਿਵੇਂ ਧਿਆਨ ਰੱਖਿਆ ਭਾਵੇਂ ਉਹ ਵਿਦੇਸ਼ੀ ਨੇ ਤੇ ਭਾਵੇਂ ਉਹ ਵਿਦੇਸ਼ੀ ਛਣੇ ਦੇਉ ਜਵਾਬ ਜੋ ਆਪ ਦੇਣ ਲਈ ਤੁਹਾਡਾ ਜਿਹੜਾ ਥਿੰਕ ਟੈਂਕ ਹੈ ਫੇਲ ਹੋ ਜਾਏਗਾ ਲekin ਇਸ ਗੱਲ ਦਾ ਜਵਾਬ ਨਹੀਂ ਆਏਗਾ ਤੁਹਾਨੂੰ ਕਿਉਂ ਕਿਉਂਕਿ ਆਪਣੇ ਪੱਲੇ ਕੁਝ ਨਹੀਂ ਅਸੀਂ ਸਾਡੇ 90 ਸਲ ਜੁਮਲੇ ਵਿੱਚ ਨੇ ਅਸੀਂ ਜੇ ਜੁਮਲੇ ਵਿੱਚ ਨੇ ਤੇ ਮੈਨੂੰ ਇੱਕ ਇੱਥੇ ਗੱਲ ਜ਼ਿਆਦਾ ਆ ਰਹੀ ਹੈ ਇੱਕ ਪਿਕਚਰ ਸੀ ਸ਼ਰਾਬੀ ਅਮਤਾਪ ਬਚਨ ਨੇ ਸ਼ਰਾਬੀ ਦਾ ਰੋਲ ਕੀਤਾ ਉਹਦੇ ਵਿੱਚ ਬੜਾ ਸੋਹਣਾ ਰੋਲ ਉਹਨੇ ਨਿਭਾਇਆ ਲੇਕਿਨ ਰਣਜੀਤ ਜਿਹੜਾ ਉਹਦੀ ਇੱਕ ਹੁੰਦੀ ਹੈ ਕੌਟਿੰਗ ਵਾਲੀ ਤੇ ਡਾਂਸ ਵਾਲੀ ਸਾਰਾ ਕੁਝ ਰਣਜੀਤ ਉੱਥੇ ਛਾਜ ਛਾਂ ਛਾਤਰਾਨਾ ਕਰਦਾ ਰਹਿੰਦਾ ਤੇ ਜਦੋਂ ਅਮਤਾਬ ਬਚਨ ਉਹਦੇ ਕੋਲ ਜਾਂਦਾ ਉਹਨੂੰ ਕਹਿੰਦਾ ਲੈ ਸਾਰੀ ਪੀ ਲਓ ਕਹਿੰਦਾ ਮੈਂ ਪੀਂਦਾ ਨਹੀਂ ਕਹਿੰਦਾ ਤੂੰ ਪੀਂਦਾ ਹੈ ਕਿ ਨਹੀਂ ਪੀਂਦਾ ਇਹ ਗੋਲੀ ਚਲਾਉਂਦਾ ਹਵਾ ਵਿੱਚ ਉਹ ਥਾਰੀ ਬੋਤਲ ਪੀ ਜਾਂਦਾ ਤੇ ਉਸ ਤੋਂ ਬਾਅਦ ਜੋ ਉਹਦਾ ਡਾਂਸ ਹੈ ਤੁਹਾਡੇ ਸੂਝਵਾਨ ਦਰਸ਼ਕਾਂ ਨੂੰ ਪਤਾ ਹੈ ਸਭ ਕੁਝ ਪਤਾ ਹੈ ਇਹੋ ਜਿਹਾ ਡਾਂਸ ਦੇਸ਼ ਤੇ ਲੋਕਾਂ ਨੂੰ ਨਹੀਂ ਚਾਹੀਦਾ ਪਿਕਚਰੇ ਚੱਲਦਾ ਚੱਲਣਾ ਵੀ ਚਾਹੀਦਾ ਕਿਉਂਕਿ ਫਿਲਮਾਂ ਲਿਆਨੇ ਪੈਸੇ ਕਮਾਣੇ ਤੁਤੀ ਪੈਸੇ ਕਿਦੇ ਲਈ ਕਮਾਣੇ ਤੇ ਕਿਸ ਵਜ੍ਹਾ ਕਰਕੇ ਕਮਾਣੇ ਤੇ ਕਿਸ ਹਾਲਾਤ ਵਿੱਚ ਕਮਾਣੇ ਆਪਣੇ ਦੇਸ਼ ਤੇ ਲੋਕਾਂ ਦੇ ਹਿੱਤ ਵੇਚ ਕੇ ਜੇ OIC ਹੈ ਜਾਂ ਕੋਈ ਫ੍ਰੀ ਟ੍ਰੇਡ ਦੀ ਗੱਲ ਹੈ ਤੇ ਉਸ ਦੇ ਨਾਲ 5 ਟ੍ਰਿਲੀਅਨ ਡਾਲਰ ਮੋਦੀ ਜੀ ਦੀ ਬਣ ਜੇਗੀ ਟਹਿ ਜੇਗੀ ਯਕ ਖਹਿ ਜੇਗੀ ਤੇ ਕਦੋਂ ਨਾਲ ਖਹਿ ਜੇਗੀ ਦੱਸੋ ਦਿਓ ਜਵਾਬ ਇੱਕ ਆਖਰੀ ਸਵਾਲ ਇਸੇ ਮੁੱਦੇ ਨਾਲ ਜੁੜਿਆ ਹੋਇਆ ਹੁਣ ਇੱਥੇ ਕੌਣ ਗਲਤ ਹੈ ਕੌਣ ਠੀਕ ਹੈ ਇਹਦੇ ਵਿੱਚ ਤਾਂ ਤੁਹਾਡੇ ਸ਼ਬਦਾਂ ਤੇ ਝਲਕ ਰਿਹਾ ਪਰ ਹੁਣੇ ਮਸਲੇ ਦਾ ਹੱਲ ਕਿਵੇਂ ਨਿਕਲੇ ਹੋਣਾ ਕਿ ਚਾਹੀਦਾ ਜੋ ਹੋ ਨਹੀਂ ਰਿਹਾ ਵਿਸ਼ਵ ਗੁਰੂ ਕਹਿਣ ਨਾਲ ਜਾਂ ਕਰਨ ਨਾਲ ਨਹੀਂ ਹੁੰਦਾ ਮੈਂ ਇਹ ਗੱਲ ਕਹੀ ਹੈ ਲੇਕਿਨ ਜੇ ਫਰਾਂਖ ਦੇ ਲਈ ਹੁੰਦੀ ਇਹਨਾਂ ਦੇ ਵਿੱਚ ਰਾਈ ਨੀਤੀ ਤੋਂ ਉੱਤੇ ਉੱਠ ਕੇ ਗੱਲ ਹੁੰਦੀ ਜਿਵੇਂ ਅਟਲ ਬਿਹਾਰੀ ਵਾਜਪਾਈ ਜੀ ਕਰਦੇ ਸੀ ਮੁਰਲੀ ਮੋਰ ਜੋਸ਼ੀ ਕਰਦੇ ਸੀ ਹਲਕੇ ਐਡਵਾਨੀ ਕਰਦੇ ਸੀ ਜਤਵੰਤ ਸਿੰਘ ਕਰਦੇ ਸੀ ਜਿਹੜੇ ਟਾਪ ਦੇ ਲੀਡਰ ਸੀ ਅਰੁਣ ਜੇਟਲੇ ਕਰਦੇ ਸੀ ਸੁਸ਼ਮਾ ਸਭਰਾਜ ਕਰਦੀ ਸੀ ਕੀ ਅੱਜ ਬੀਜਪੀ ਕੋਲ ਉਹ ਜੇ ਕਦਵਾਰ ਨੇਤਾ ਨਹੀਂ ਰਹੇ ਇਸ ਹਾਰ ਦਾ ਕੌਣ ਜ਼ਿੰਮੇਵਾਰ ਹੈ ਤੇ ਕੌਣ ਜਵਾਬਦੇਹ ਹੈ ਜੀ ਬਹੁਤ ਸ਼ੁਕਰੀਆ ਜੀ ਇਸਨ ਸਾਡੇ ਨਾਲ ਐਡਵੋਕੇਟ ਜਗਮਉਨ ਸਿੰਘ ਭੱਟੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਨਿੱਜੀ رائے ਵੀ ਸਾਂਝੀ ਕਰ ਸਕਦੇ ਹੋ ਔਰ ਤੁਸੀਂ ਕਿਹੜੇ ਵਿਚਾਰ ਨਾਲ ਸਹਿਮਤੀ ਰੱਖਦੇ ਹੋ ਤੇ ਕਿਹੜੇ ਨਾਲ ਅਸਹਿਮਤੀ ਇਸ ਬਾਰੇ ਵੀ ਆਪਣੀ رائے ਸਾਂਝੀ ਕਰ ਸਕਦੇ ਹੋ ਇਸ ਮੁਲਾਕਾਤ ਚੈਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ